ਰਾਣਾ ਸਾਹਿਬ ਅੱਜ ਤੁਹਾਨੂੰ ਅਮਰੀਕਾ ਤੋਂ ਆਈ ਹੋਈ ਇੱਕ ਚਾਕਲੇਟ ਖਿਲਾ ਰਹੇ ਹਾਂ ਜਿਹਦਾ ਨਾਮ ਹੈਗਾ ਲਿੰਡੋਰ। ਲਿੰਡੋਰ ਲਿੰਡੋਰ ਪਹਿਲੀ ਵਾਰੀ ਸੁਣਿਆ ਨਾਮ ਵੈਸੇ ਲਿੰਡੋਰ। ਵੈਸੇ ਮੈਂ ਨਾ ਥੋੜ੍ਹਾ ਜਿਹਾ ਪੜ੍ਹਿਆ ਸੀ ਇਹਦੇ ਮਤਲਬ ਕਿ ਚੋਕਲੇਟ ਦਾ ਅਸਲ ਘਰ ਕਿਹੜਾ, ਉਹ ਹੈਗਾ ਯੂਰਪ ਦਾ ਬਿਹਤਰੀਨ ਮੁਲਕ ਬੈਲਜੀਅਮ। ਲਾਈਏ ਫਿਰ ਤੁਹਾਨੂੰ ਲਿੰਡੋਰ। ਹਾਂਜੀ ਲਿੰਡੋਰ ਖਵਾਓ, ਮੈਂ ਤਾਂ ਨਾਂ ਸੁਣ ਕੇ ਬੇਚੈਨ ਹੋਇਆ। ਲਿੰਡੋਰ ਦਾ ਲਿੰਡੋਰ ਖਵਾ ਦਿਓ ਜੀ। ਇੱਥੇ ਤਾਂ ਨਾ ਜਿਹੜਾ ਹੋਵੇ ਨਾ ਸਾਡੇ ਇੱਥੇ ਇਲਾਕੇ 'ਚ ਵਿਹਲਾ ਨਿਕੰਮਾ, ਅਤੇ ਅਸੀਂ ਤਾਂ ਉਹਨੂੰ ਕਹਿੰਦੇ ਹੋਏ ਲਿੰਡੋਰ ਹੀ ਗਈ ਹੋਏ ਫਾਰਕ ਕਾਰਨ ਨੂੰ ਪੁਰ ਕਰਾ। ਲਿੰਡੋਰ ਕੋ ਪੇਸ਼ ਕੀਆ ਜਾਏ। ਬੜਾ ਪਿਆਰਾ ਡੱਬਾ ਹੈ, ਤਾਂ ਜਿਵੇਂ ਪਾਊਡਰ ਦਾ ਡੱਬਾ ਹੁੰਦਾ ਹੈ। ਚਾਕਲੇਟ ਵੀ ਮੈਨੂੰ ਵੇਖ ਰਹੀ, ਖਿੜਕੀ ਬਣਾਈ ਉਹਨਾਂ ਨੇ, ਅੱਜ ਦੇਖੋ ਕਹਿ ਰਹੀ ਮੈਨੂੰ ਫਟਾਫਟ ਖਾਓ। ਤੁਸੀਂ ਖਾ ਰਹੇ, ਤੁਹਾਨੂੰ ਕਿਉਂ ਪਰੇਸ਼ਾਨ ਹੋ ਰਹੀ? ਲਓ ਦੇਖੋ ਜੀ, ਪੈਕਿੰਗ ਜਿਹੜੀ ਹੈ ਨਾ ਇਹਦੀ ਲਿੰਡੋਰਾਂ ਦੀ, ਇੰਜ ਬਣੀ ਜਿਸ ਤਰ੍ਹਾਂ ਪਰਫਿਊਮ ਦੀ ਸ਼ੀਸ਼ੀ ਨਹੀਂ ਪੈਕ ਹੁੰਦੀ ਖੁਸ਼ਬੂਆਂ ਵਾਲੀ, ਇੰਜ ਕਰਕੇ। ਅਗਰ ਇਹ ਸ਼ੀਸ਼ਾ ਨਾ ਲੱਗਾ ਹੁੰਦਾ ਪਲਾਸਟਿਕ ਦਾ, ਅਤੇ ਟੋਫੀਆਂ ਨਜ਼ਰ ਨਾ ਆਉਂਦੀਆਂ, ਅਤੇ ਮੈਂ ਪਰਫਿਊਮ ਦਾ ਡੱਬਾ ਹੀ ਸਮਝਿਆ ਸੀ ਕਿ ਮੈਂ ਖੋਲਾਂਗਾ ਪਰਫਿਊਮ ਲਗਾਵਾਂਗਾ। ਕਹਿੰਦੇ ਨੇ ਕਿ ਜਿਸ ਘਰ ਦੀ ਵਿੱਚ ਜਾਂ ਜਿਸ ਅੱਡੇ 'ਤੇ ਸਫਾਈ ਜ਼ਿਆਦਾ ਹੋਏਗੀ ਨਾ, ਉਹਦਾ ਸੌਦਾ ਵੀ ਠੀਕ ਹੋਏਗਾ, ਅਤੇ ਜਿਹਦੀ ਪੈਕਿੰਗ ਐਡੀ ਜ਼ਬਰਦਸਤ ਹੈ ਉਹ ਫਿਰ ਚੋਕਲੇਟ ਵਿੱਚ ਕੀ ਹੋਏਗੀ। ਕਿਆ ਬਾਤ ਹੈ ਜੀ, ਆਏ ਹਾਏ 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 ਹਾਏ। ਇਹ ਤਾਂ ਸਾਡੇ ਨਾ ਪੰਜਾਬੀ ਦੇ ਵਿੱਚ ਨਾ ਗੁਲੇਲਾਂ ਬਣਦੀਆਂ ਨੇ, ਉਹਦੇ 'ਚ ਇਹਦੇ ਗੁਲੇਲਾ ਇਹਨੂੰ ਕਹਿੰਦੇ ਨੇ, ਉਹਦੇ ਵਿੱਚ ਪਾ ਕੇ ਅਸੀਂ ਇਹਨੂੰ ਛੱਡਦੇ ਹਾਂ ਸ਼ਿਮੂ ਕਰਕੇ, ਅਤੇ ਇਹਨਾਂ ਨੇ ਗੋਲੀ ਬਣਾ ਦਿੱਤੀ। ਵੈਰੀ ਗੁੱਡ। ਖਾਓਗੇ ਤੁਸੀਂ? ਚਲੋ ਮੈਂ ਪਹਿਲਾਂ ਖਾ ਲੈਂਦਾ ਫਿਰ ਤੁਹਾਨੂੰ ਖਵਾਉਣਾ, ਚੈੱਕ ਕਰ ਲਵਾਂ ਮੈਂ ਕੈਸਾ ਮਜ਼ਾ ਹੈ। ਦੇਖੋ ਕੀ ਗੋਲ ਜਿਹਾ ਕੈਂਚਾ ਜਿਹਾ ਬਣਿਆ ਹੈ ਜੀ, ਤੋ ਭਾਰਾ ਵੀ ਹੈ ਅਤੇ ਸਖਤ ਵੀ ਲੱਗਦਾ। ਅਤੇ ਹੁਣ ਇਹ ਪੂਰੀ ਦੁਨੀਆ ਦਾ ਨਕਸ਼ਾ ਹੈ, ਇਹਦੇ 'ਚ ਸਾਰੇ ਮਾਲਿਕ ਆਉਂਦੇ ਨੇ, ਇਹ ਮੇਰੇ ਮੂੰਹ 'ਚ ਜਾ ਰਹੇ ਨੇ। ਬਹੁਤ ਮਦਦ ਆ ਰਹੀ ਜੀ, ਖੁਰ ਦੇ ਅੰਦਰ ਜਾ ਰਹੀ ਆਪਣੇ ਆਪ ਹੀ ਨਾ। ਬੜੀਆਂ ਬੜੀਆਂ ਚੋਕਲੇਟਾਂ ਖਾਧੀਆਂ ਜੀ, ਬਹੁਤ ਬਹੁਤ ਆਲਾ, ਉਹ ਟਵਿਕਸ ਕੇ ਪਤਾ ਨਹੀਂ ਕਿਹੜੀ ਕਿਹੜੀ, ਪਰ ਇਹਦੀ ਬਾਤ ਕੁਛ ਹੋਰ ਹੀ ਹੈ। ਯਕੀਨ ਕਰੋ ਕਿ ਨੈਣ ਇੱਥੋਂ ਠੰਡ ਪਾਣੀ ਸ਼ੁਰੂ ਕੀਤੀ ਹੈ, ਮੇਦੇ ਤਿਕਰਾਂ ਨੇ ਠੰਡ ਪਾਈ ਹੈ। ਮਤਲਬ ਕਿ ਮੈਂ ਪੂਰੀ ਦੁਨੀਆ ਖਾ ਲਈ। ਮਾਸ਼ਾ ਅੱਲਾ, ਜਜ਼ਾਕ ਅੱਲਾ, ਬਹੁਤ ਅੱਛਾ ਹੈ, ਬੜਾ ਅੱਛਾ ਜਾਇਕਾ ਇਹਦਾ। ਮੈਂ ਕਹਿੰਦਾ ਕ੍ਰਿਸਮਿਸ ਦੇ ਮੌਕੇ 'ਤੇ ਇਹੀ ਗਿਫਟ ਦੇਣਾ ਇੱਕ ਦੂਸਰੇ ਨੂੰ, ਕਿਉਂਕਿ ਇਹ ਬਹੁਤ ਹੀ ਮਜ਼ੇਦਾਰ। ਚੱਲ ਉੱਤੋਂ ਫਿਰ ਜਨਾਬ, ਇਹ ਵੀ ਚੋਕਲੇਟ ਹੀ ਹੈ, ਬੜਾ ਮਜ਼ੇਦਾਰ ਜ਼ਾਇਕੇਦਾਰ ਹੈਗਾ। ਅੱਗੇ ਵੀ ਬੜੀਆਂ ਚੋਕਲੇਟਾਂ ਖਾਧੀਆਂ, ਲੇਕਿਨ ਇਹਦੇ 'ਚ ਵੱਖਰਾ ਮਜ਼ਾ ਹੈਗਾ, ਅੱਡਾ ਹੀ ਮਜ਼ੇਦਾਰ। ਚੋਕਲੇਟ ਕੇ ਆਪੀ ਖੁਰ ਖੁਰ ਕੇ ਅੰਦਰ ਜਾ ਰਹੀ ਹੈ। ਇਹੋ ਜੀ ਚੋਕਲੇਟ ਤਾਂ ਪਹਿਲੀ ਦਫ਼ਾ ਹੀ ਬਹੁਤ ਖਾਧੀਆਂ, ਲੇਕਿਨ ਇਹ ਮਜ਼ੇਦਾਰ ਚੋਕਲੇਟ, ਬੜੀਆਂ ਚੀਜ਼ਾਂ ਪਈਆਂ ਵਿੱਚ, ਇਹਦੇ ਦੰਦ ਦੇ ਥੱਲੇ ਆ ਕੇ ਕ੍ਰਿਚ ਕ੍ਰਿਚ ਹੋ ਰਹੀ। ਕੁਛ ਦੇਰ ਪਹਿਲੇ ਮੈਨੂੰ ਵੀ ਖਾਊਂ ਖਾਊਂ ਹੋ ਰਹੀ ਸੀ ਜੀ, ਅਤੇ ਇਹ ਖਾਣ ਦੀ ਦੇਰ ਹੈ, ਦੇਖ ਲਓ ਗਲਾ ਵੀ ਸਾਫ਼ ਹੋ ਗਿਆ, ਅਤੇ ਉਹ ਜਿਹੜਾ ਸਾਹ ਜਿਹੜਾ ਉਹ ਸੈੱਟ ਹੋ ਗਿਆ। ਹੁਣ ਮੈਨੂੰ ਖਾਊਂ ਖਾਊਂ ਨਹੀਂ ਹੋ ਰਹੀ, ਹੁਣ ਮੈਂ ਤੁਹਾਡੇ ਨਾਲ 3-4 ਘੰਟੇ ਆਰਾਮ ਨਾਲ ਗੱਲਾਂ ਕਰ ਸਕਦਾ। ਅਤੇ ਮੈਂ ਘਰ ਲੈ ਜਾਣਾ, ਮੈਨੂੰ ਮੇਰਾ ਦਿਲ ਕਰ ਮੈਂ ਲੈ ਜਾਊਂ, ਸੋ ਲੱਗੇ ਰਜਾਈ 'ਚ ਲੁਕ ਲੁਕ ਕੇ ਖਾਵਾਂ, ਕੋਈ ਵੇਖ ਹੀ ਨਾ ਲਵੇ, ਵੇਖ ਲਏਗਾ ਤਾਂ ਮੰਗ ਲਏਗਾ, ਮੈਂ ਦੇਣਾ ਨਹੀਂ ਚਾਹੁੰਦਾ ਕਿਸੇ ਨੂੰ। ਇਹ ਚੋਕਲੇਟਾਂ ਸਾਨੂੰ ਇੱਥੋਂ ਵੀ ਮਿਲਣ ਦੁਕਾਨਾਂ ਤੋਂ, ਲੇਕਿਨ ਮਿਲ ਨਹੀਂ ਸਕਦੀਆਂ, ਉਹਨਾਂ ਦੀ ਮਿਹਰਬਾਨੀ ਜਿਹੜੇ ਇੰਨੀ ਦੂਰੋਂ ਸਾਡੇ ਵਾਸਤੇ ਕਰ ਦਿੰਦੇ, ਅਸੀਂ ਮਜ਼ੇ ਲੈ ਕੇ ਖਾ ਰਹੇ ਹਾਂ, ਲੇਕਿਨ ਇੱਥੋਂ ਨਹੀਂ ਖਾ ਸਕਦੇ, ਲੇਕਿਨ ਉੱਥੋਂ ਤੋਂ ਸਾਡੇ ਵਾਸਤੇ ਸਾਡੇ ਵੀਵਰ ਸਾਡੇ ਵਾਸਤੇ ਘਰ ਨੇ ਇੰਨੀ ਮੁਹੱਬਤ ਕਰਦੇ ਨੇ, ਅਤੇ ਇੱਕ ਹੋਰ ਖਾ ਲਈਏ ਫਿਰ, ਮਜ਼ਾ ਬਹੁਤ ਆ ਰਿਹਾ। ਅੱਗੇ ਤਾਂ ਮੈਂ ਤੋੜ ਕੇ ਖਾਧੀ ਸੀ, ਹੁਣ ਆਹਾ ਇੱਕ ਹੋਰ ਖਾ ਕੇ ਦੇਖੀਏ ਜੀ, ਤੁਸੀਂ ਖਾਓਗੇ ਜਨਾਬ? ਅੱਛਾ।
ਇਹ ਵੇਖੋ ਨਾ ਜਨਾਬ ਕੈਸੇ ਪੈਕਿੰਗ ਹੋਈ ਹੋਈ ਹੈ, ਜਿਵੇਂ ਸਮਝੋ ਸਾਡੇ ਵਾਸਤੇ ਤੋਹਫਾ ਨਹੀਂ, ਸਾਡੇ ਵਾਸਤੇ ਹੀਰਾ ਪੈਕ ਹੋ ਗਿਆ ਹੈ, ਸਾਡੇ ਵਾਸਤੇ ਬਾਦਸ਼ਾਹ ਹੀਰਾ ਸਮਝੋ ਨਗ ਪੈਕ ਹੋ ਗਿਆ ਹੈ। ਦਿਲ ਕਰਦਾ ਕਿ ਚੋਕਲੇਟ ਨਾ ਖਾਈ ਜਾਈਏ, ਖਾਈ ਜਾਈਏ, ਐਡਾ ਮਜ਼ੇਦਾਰ ਕੰਮ ਹੈਗਾ। ਡੱਬਾ ਪੂਰਾ ਹੋਵੇ ਨਾ ਯਕੀਨ ਕਰੋ ਮੈਂ ਕੋਈ 10 ਮਿੰਟ ਹੀ ਰਹਾਂ ਇਹਨੂੰ ਮਕਾਨ 'ਚ। ਅਤੇ ਬਾਕੀ ਜੀ ਮੈਂ ਬਹੁਤ ਖੁਸ਼ ਹੋਇਆ ਜੀ, ਜਿੰਨੇ ਚੋਕਲੇਟ ਬਣਾਈ ਹੈ, ਜਿਹਦੇ ਦੇਹ ਨਿੱਚ ਇਹਦਾ ਨੁਸਖਾ ਆਇਆ ਵੇ, ਕਿਆ ਬਾਤ ਹੈ। ਉਹ ਬੰਦਾ ਵੀ ਮੈਨੂੰ ਇਹ ਬੰਦਾ ਨਹੀਂ ਜੇ ਲੱਗਦਾ ਇਹਦੇ ਬਣਾਉਣ ਵਾਲਾ। ਇਹ ਯਾਦ ਰੱਖਣਾ ਸਾਡੀ ਇਹ ਗੱਲ, ਇਹਦੀ ਫੈਕਟਰੀ ਦੀ ਮਾਲਕ ਜਿਹੜੀ ਨਾ ਜ਼ਰੂਰ ਕੋਈ ਔਰਤ ਹੋਏਗੀ ਜਿਹਨੇ ਕੰਮ ਸ਼ੁਰੂ ਕੀਤਾ ਹੋਏਗਾ। ਬੰਦੇ ਤਾਂ ਇੰਨਾ ਦਿਨ ਕਿੱਥੇ ਕੰਮ ਕਰਦਾ, ਬੰਦਾ ਤਾਂ ਸਾਰੀ ਦਿਹਾੜੀ ਉਹ 99 ਦੇ ਚੱਕਰ 'ਚ ਹੀ ਪਿਆ ਰਹਿੰਦਾ, ਮਾਲ ਨੂੰ ਡਬਲ ਹੀ ਕਰ ਅਤੇ ਟ੍ਰਿਪਲ ਕਰ ਅਤੇ ਘੁੰਮ ਕਰ। ਅਤੇ ਬੀਬੀਆਂ ਜਿਹੜੀਆਂ ਬੜੀਆਂ ਸਮਝਦਾਰ ਹੁੰਦੀਆਂ ਨੇ ਯਕੀਨ ਕਰੋ। ਵੈਸੇ ਜਨਾਬ ਇਹ ਗੱਲ ਹੈ ਕਿ ਅਸੀਂ ਚੋਕਲੇਟਾਂ ਜ਼ਿੰਦਗੀ ਸੋਚਿਆ ਨਹੀਂ ਸੀ ਕਿ ਅਸੀਂ ਖਾਣੀਆਂ ਕਿਤੇ ਖਾਣੀਆਂ, ਲੇਕਿਨ ਵੈਸੇ ਕੋਈ ਕੈਸੀ ਖੁਸ਼ ਨਸੀਬੀ ਕਿ ਸਾਡੇ ਚੈਨਲ ਨਾਲ ਸਾਨੂੰ ਜਨਾਬ ਬੜੀ ਬੜੀ ਅਮੈਰੀਕਾ ਤੋਂ ਚੀਜ਼ਾਂ ਲਿਆ ਖਵਾ ਰਿਹਾ। ਬਾਹਰ ਦੇ ਮੁਲਕਾਂ ਦੀਆਂ ਚੀਜ਼ਾਂ ਨੇ ਖਾਲਸ ਨੇ ਅਤੇ ਖਾਣ ਦਾ ਮਜ਼ਾ ਆਉਣ ਰਿਹਾ। ਇੱਥੇ ਜੇ ਚੀਜ਼ਾਂ ਦੀ ਤੁਸੀਂ ਖਵਾ ਦਿਓ ਨਾ ਬੱਚਿਆਂ ਨੂੰ ਚੋਕਲੇਟ, ਤਾਂ ਬੱਚਾ ਅਗਲੇ ਦਿਨ ਬਿਮਾਰ ਹੋ ਜਾਂਦਾ, ਕੋਈ ਮਜ਼ਾ ਨਹੀਂ, ਕੋਈ ਚੀਜ਼ ਨਹੀਂ। ਲੇਕਿਨ ਇੱਕ ਤੋਂ ਇੱਕ ਵੱਧ ਗਏ ਹੈਗੀ। ਅੱਛਾ, ਮੁਰਗੀਆਂ ਨੂੰ ਇਹੋ ਜਿਹੇ ਅੰਡੇ ਦੇਣੇ ਚਾਹੀਦੇ ਨੇ ਤਾਂ ਕਿ ਹਰ ਬੰਦਾ, ਬੁੱਢਾ, ਬੱਚਾ, ਜਵਾਨ ਖਾਏ ਇਹਨੂੰ, ਉਹਨੂੰ ਇੰਝ ਹੀ ਲੱਗੇ ਕਿ ਅੰਡਾ ਹੈਗਾ, ਜਦੋਂ ਮੂੰਹ 'ਚ ਪਾਵੇ ਤਾਂ ਚੋਕਲੇਟ ਹੋ ਜਾਏ। ਇਹਦੀ ਮੈਜਿਕ ਅੱਛਾ, ਵਿੱਚ ਕੋਈ ਗੋਲ ਜਿਹੀ ਚੀਜ਼ ਹੈਗੀ ਜੇ ਹੁਣ ਅੰਦਰ ਚਲੀ ਗਈ ਹੈ। ਇਹ ਜਨਾਬ ਅਸੀਂ ਖਾਧਾ ਹੈ, ਉਹ ਵਾਕਈ ਸਵਾਦ ਆਇਆ ਜੇ, ਪਿਓਰ ਚੋਕਲੇਟ ਹੈਗੀ, ਨਿਰੀ ਚੋਕਲੇਟ ਹੈਗੀ, ਉਹ ਖਾਣ ਦਾ ਮਜ਼ਾ ਵੀ ਇਹਦੇ ਨਾਲ, ਬੱਚਿਆਂ ਦੇ ਬੱਚਿਆਂ ਦੀ ਮਾਂ ਨੂੰ ਵੀ ਖਵਾਵਾਂਗੇ। ਅੱਛਾ, ਇੱਕ ਗੱਲ ਹੋਰ ਯਾਦ ਰੱਖਣਾ ਕਿ ਇਹ ਦੋ ਕੀ ਬੜੀਆਂ ਨੇ ਬਸ, ਕਿਉਂਕਿ ਜ਼ਿਆਦਾ ਖਾਓਗੇ ਮਿਹਦੇ 'ਚ ਗਰਮੀ ਹੋਏਗੀ, ਕੋਈ ਨੁਕਸਾਨ ਹੀ ਨਾ ਹੋਵੇ ਯਾਰ, ਅਤੇ ਖਾਂਸੀ ਜਿਹੜੀ ਹੈ ਨਾ ਉਹ ਬਸ ਇੱਕ ਦੋ ਨਾਲ ਹੀ ਠੀਕ ਹੋ ਜਾਏਗੀ। ਖਾਓ ਅਤੇ ਉਸ ਤੋਂ ਬਾਅਦ ਚਾਹ ਪੀਓ ਜਾਂ ਦੁੱਧ ਪੀਓ ਨੀਮ ਗਰਮ, ਅਤੇ ਬਸ ਅੱਲਾਹ ਖੈਰ ਕਰ ਦੇਗਾ। ਅਤੇ ਜੇ ਫਿਰ ਵੀ ਨਾ ਖਾਂਸੀ ਠੀਕ ਹੋਏ ਕਰੇ ਤਾਂ ਫਿਰ ਸਾਨੂੰ ਯਾਦ ਕਰ ਲਿਆ ਕਰੋ, ਖਾਂਸੀ ਆਪੇ ਹੀ ਦਫਾ ਜਾ ਕਰੇਗੀ। ਅਸੀਂ ਚੱਲੀਏ ਨਾ ਬਾਹਰ, ਅਤੇ ਬਾਹਰ ਜਾ ਕੇ ਯਕੀਨ ਕਰੋ ਚੋਕਲੇਟ ਹੀ ਖਾਵਾਂਗੇ, ਰੋਟੀ ਖਾਣ ਦੀ ਲੋੜ ਹੀ ਨਹੀਂ ਗੀ, ਰੋਟੀ ਤਾਂ ਖਾਂਦੇ ਰਹਿੰਦੇ ਹਾਂ। ਇਹਨਾਂ ਨੂੰ ਇੱਕ ਵਾਰੀ ਜਾ ਕੇ ਮਜ਼ੇ ਲਾਵਾਂਗੇ ਇਹਨਾਂ ਦੇ ਪੂਰੇ, ਇਨਸ਼ਾਅੱਲਾ ਕਦੀ ਜਾਵਾਂਗੇ ਜ਼ਰੂਰ, ਦੋਸਤਾਂ ਨੂੰ ਜ਼ਰੂਰ ਮਿਲਣ ਜਾਵਾਂਗੇ। ਅਤੇ ਹੁਣ ਫਿਰ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਅਤੇ ਉਹ ਜਿਹੜਾ ਘੰਟੀ ਦਾ ਬਟਨ ਹੈ ਨਾ ਉਹ ਇਹ ਅੰਗੂਠੇ ਨਾਲ ਦਬਾਇਆ ਕਰੋ ਐਂ ਕਰਕੇ ਟੈਂ ਟੌਂ। ਅਤੇ ਅਸਲਾਮ ਵਾਲੇਕਮ ਅਤੇ ਅੱਲਾ ਹਾਫਿਜ਼।